ਇਹ ਆਉਂਦਾ ਹੁੰਦਾ ਸੀ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਜੂ, ਗਰੀਬ ਤੂੰ ਸਾਰੀ ਉਮਰ ਆਪਾਂ ਸੁੱਖ ਨਹੀਂ ਵੇਖਿਆ, ਹੁਣ ਕੋਈ ਗੱਲ ਨਹੀਂ, ਹੁਣ ਨਾ ਤੂੰ ਫਿਕਰ ਕਰਿਆ ਕਰ, ਟੈਨਸ਼ਨ ਨਾ ਲਿਆ ਕਰ। 8 ਮਹੀਨਿਆਂ ਨੂੰ ਅਜੇ ਗਏ ਨੂੰ ਹੋਏ ਸੀ ਅਤੇ ਉਹਨੂੰ ਥੋੜ੍ਹੀ ਜਿਹੀ ਉੱਥੇ ਮਾੜੀ ਜਿਹੀ ਪ੍ਰੋਬਲਮ ਹੋਈ ਆ, ਉਹਦੇ ਤੋਂ ਉਹਦੇ ਮੁੜ ਕੇ ਉਹਦੀ ਡੈਥ ਹੋ ਗਈ ਆ। ਵੇਖੋ ਵੇਖੀ ਭੇਜੀ ਜਾਣ ਡਿਆ ਬਾਹਰ, ਪਰ ਮੁਸ਼ਕਲ ਲਾ ਦਿਆ ਬਾਹਰਾਂ ਦੇ ਵੀ। ਘਰ ਦੀ ਮਾਲੀ ਹਾਲਤ ਸੁਧਾਰਨ ਲਈ ਵਿਦੇਸ਼ ਗਏ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਅਜਨਾਲਾ ਦੇ ਪਿੰਡ ਚਮਿਆਰੀ ਦਾ ਰਹਿਣ ਵਾਲਾ 22 ਸਾਲਾਂ ਨੌਜਵਾਨ ਅੰਮ੍ਰਿਤਪਾਲ ਸਿੰਘ ਇੰਗਲੈਂਡ ਦੇ ਵਿੱਚ ਗਿਆ ਸੀ, ਜਿਸ ਦੀ ਬਿਮਾਰੀ ਦੇ ਕਾਰਨ ਮੌਤ ਹੋਈ ਹੈ। ਉੱਥੇ ਹੀ ਅੰਮ੍ਰਿਤਪਾਲ ਦੀ ਮੌਤ ਦੀ ਖਬਰ ਤੋਂ ਬਾਅਦ ਉਸਦੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਤਾਂ ਉੱਥੇ ਪੂਰੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਅੰਮ੍ਰਿਤਪਾਲ ਦੀ ਮਾਤਾ ਨਰਿੰਦਰ ਕੌਰ, ਪਿਤਾ ਅੰਗਰੇਜ ਸਿੰਘ ਤੇ ਉਸਦੇ ਚਾਚੇ ਨੇ ਦੱਸਿਆ ਕਿ 8 ਮਹੀਨੇ ਪਹਿਲਾਂ ਉਹਨਾਂ ਨੇ ਘਰ ਦੀ ਮਾਲੀ ਹਾਲਤ ਸੁਧਾਰਨ ਦੇ ਲਈ ਅੰਮ੍ਰਿਤਪਾਲ ਨੂੰ ਕਰਜ਼ਾ ਚੁੱਕ ਕੇ ਇੰਗਲੈਂਡ ਭੇਜਿਆ ਸੀ, ਜਿੱਥੇ ਇੱਕ ਬਿਮਾਰੀ ਦੇ ਕਰਕੇ ਉਸਦੀ ਮੌਤ ਹੋ ਗਈ ਹੈ। ਉਹਨਾਂ ਨੇ ਭਾਰਤ ਸਰਕਾਰ ਕੋਲੋਂ ਇਹ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਡੈੱਡ ਬਾਡੀ ਨੂੰ ਭਾਰਤ ਵਾਪਸ ਲਿਆਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਐਤਵਾਰ ਹੋਈ 4 ਵਜੇ, ਵਧੀਆ ਠੀਕ ਠਾਕ ਵਧੀਆ ਗੱਲਾਂ ਕਰਦਾ ਰਿਹਾ ਤੇ ਅੱਧਾ ਘੰਟਾ ਗੱਲਾਂ ਕਰਦਾ ਰਿਹਾ। ਸ਼ਾਮਾਂ ਨੂੰ ਰਾਤ ਨੂੰ 9 ਵਜੇ ਮੈਸੇਜ ਕੀਤਾ, ਮੈਂ ਸਵੇਰੇ ਫੋਨ ਕਰੂੰਗਾ। ਤੇ ਅਸੀਂ ਅੱਗੇ ਪੁੱਛਿਆ ਵੀ ਕਿਉਂ, ਉਹਨੂੰ ਇੰਨਾ ਸਾਹ ਚੜ੍ਹਨ ਡਿਆ ਕਿ ਉਹਨਾਂ ਨਾਲ ਗੱਲ ਨਹੀਂ ਉਹਦੇ ਕੋਲ ਹੋਣ ਡਈ। ਫਿਰ ਉਹ ਤੋਂ ਬਾਅਦ ਚ ਗੱਲ ਨਹੀਂ। ਸੁਪਨੇ ਇੱਥੋਂ ਤਾਂ ਬੜੇ ਚਾਵਾਂ ਨਾਲ ਗਿਆ ਸੀ, ਵਧੀਆ ਗਿਆ ਸੀ, ਹੁਣ ਉੱਥੇ ਤੇ ਮੈਂ ਟੈਨਸ਼ਨ, ਪਤਾ ਨਹੀਂ ਕੀ ਗੱਲ ਬਣੀ ਕੀ ਨਹੀਂ, ਪਤਾ ਨਹੀਂ। ਉੱਥੇ ਗੱਲ ਹੁੰਦੀ ਸੀ, ਕਦੀ ਕਹਿੰਦਾ ਸੀ ਮੈਂ ਆਹ ਚੀਜ਼ ਪੂਰੀ ਕਰਨੀ ਆ, ਆ ਕੇ ਤੇਰਾ ਕਰੂੰਗਾ ਤੇ ਕਦੋਂ ਆਊਂਗਾ। ਇਹ ਆਉਂਦਾ ਹੁੰਦਾ ਸੀ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਜੂ, ਗਰੀਬੀ ਤੂੰ ਸਾਰੀ ਉਮਰ ਆਪਾਂ ਸੁੱਖ ਨਹੀਂ ਵੇਖਿਆ, ਹੁਣ ਕੋਈ ਗੱਲ ਨਹੀਂ, ਹੁਣ ਨਾ ਤੂੰ ਫਿਕਰ ਕਰਿਆ ਕਰ, ਟੈਨਸ਼ਨ ਨਾ ਲਿਆ ਕਰ, ਹੁਣ ਆਪਣਾ ਸਾਰਾ ਕੁਛ ਵਧੀਆ ਹੋ ਜਾਣਾ। ਮੰਮੀ ਕਦੋਂ ਬਣਨਾ, ਦੀਦੀ ਦਾ ਕੰਮ ਬਣ ਜੂਗਾ, ਤੈਨੂੰ ਇੱਧਰ ਖਲਾ ਦਿਓ ਜੀ, ਅਸੀਂ ਦੋਵੇਂ ਜਣੇ ਇਕੱਠੇ ਰਵਾਂਗੇ। ਬਸ ਕੀ ਮੰਨਦੇ ਤੁਸੀਂ ਵਿਦੇਸ਼ਾਂ 'ਚ ਇੰਨੇ ਮਾਵਾਂ ਦੇ ਪੁੱਤ ਮਾਰੇ ਨੇ, ਦੇਸ਼ਾਂ ਦੇ ਵਿੱਚ ਜਾ ਕੇ ਇੱਦਾਂ ਕੁਛ ਹੋ ਰਿਹਾ, ਕੀ ਉਹਨਾਂ ਨੂੰ ਲੋਕਾਂ ਕਹਿਣਾ ਚਾਹੀਦਾ, ਨਿਆਣਿਆਂ ਨੂੰ ਭੇਜਣਾ ਚਾਹੀਦਾ? ਬਾਹਰ ਦਾ ਤਾਂ ਨਾਂ ਵੀ ਨਾ ਲਵੋ, ਬਸ ਇੱਧਰ ਥੋੜ੍ਹੀ ਖਾ ਲਓ ਵਧੀਆ ਆ, ਪਰ ਬਾਹਰ ਬਾਹਰ ਨਾ ਖਲਾਓ। ਮੇਰਾ ਨਾਂ ਗਰੀਸ਼ ਸਿੰਘ ਜੀ ਅਤੇ ਬੱਚੇ ਦਾ ਨਾਮ ਅੰਮ੍ਰਿਤਪਾਲ ਸਿੰਘ ਜੀ, ਅਤੇ ਅਸੀਂ ਸਟੱਡੀ ਬੇਸ 'ਤੇ ਇਹਨੂੰ ਇੰਗਲੈਂਡ ਭੇਜਿਆ ਸੀ, ਅਤੇ ਉਹ ਮਤਲਬ 8 ਮਹੀਨੇ ਇਹਨੂੰ ਅਜੇ ਗਏ ਨੂੰ ਹੋਏ ਸੀ, ਅਤੇ ਉਹਨੂੰ ਥੋੜ੍ਹੀ ਜਿਹੀ ਉੱਥੇ ਮਾੜੀ ਜਿਹੀ ਪ੍ਰੋਬਲਮ ਹੋਈ ਆ, ਉਹਦੇ ਤੋਂ ਉਹਦੇ ਮੁੜ ਕੇ ਉਹਦੀ ਡੈਥ ਹੋ ਗਈ ਆ। ਅਤੇ ਅਸੀਂ ਤਾਂ ਬੜਾ ਔਖੇ ਹੋ ਕੇ ਬੱਚੇ ਨੂੰ ਭੇਜਿਆ, ਸਾਰੀ ਜ਼ਮੀਨ ਗਹਿਣੇ ਕਰਕੇ ਕਰਜ਼ਾ ਚੁੱਕ ਕੇ ਭੇਜਿਆ ਸੀ, ਕੋਈ 20-25 ਲੱਖ ਰੁਪਈਆ ਲਾਇਆ ਸੀ, ਅਤੇ ਸਾਡੀ ਤਾਂ ਕੋਈ ਮਿਹਨਤ ਵੀ ਨਹੀਂ ਮੁੜੀ। ਅਤੇ ਅਸੀਂ ਤਾਂ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਵੀ ਸਰਕਾਰ ਜਿਸ ਤਰ੍ਹਾਂ ਵੀ ਹੋ ਸਕਦਾ ਸਾਡੇ ਬੱਚੇ ਦੀ ਡੈਡ ਬੋਡੀ ਮੰਗਾਵੇ, ਅਸੀਂ ਸਾਰੀਆਂ ਰਸਮਾਂ ਇੱਥੇ ਕਰਨੀਆਂ ਚਾਹੁੰਦੇ ਹਾਂ, ਹੋਰ ਤੁਸੀਂ ਅਸੀਂ ਕੁਛ ਕਰ ਨਹੀਂ ਸਕਦੇ। ਅਤੇ ਬਾਕੀ ਜੋ ਜੇ ਕੋਈ ਉੱਧਰ ਦੀ ਸਰਕਾਰ ਸਾਡੀ ਮਦਦ ਕਰ ਸਕਦੀ ਜਾਂ ਇੱਧਰ ਦੀ ਕਰ ਸਕਦੀ ਉਹ ਜ਼ਰੂਰ ਕਰੇ, ਕਿਉਂਕਿ ਅਸੀਂ ਤਾਂ ਅੱਗੇ ਹੀ ਬੜੇ ਪਰੇਸ਼ਾਨ ਸਾਂ,
ਅਸੀਂ ਹੋਰ ਪਰੇਸ਼ਾਨ, ਅਸੀਂ ਸੁੱਖ ਲਈ ਕੀਤਾ, ਅਸੀਂ ਦੁਖੀ ਹੋ ਗਏ। ਕੀ ਗੱਲ ਹੋਈ ਆਖਰੀ ਵਾਰੀ ਜਦੋਂ ਗੱਲ ਹੋਈ ਤੁਹਾਡੀ ਉਹਨਾਂ ਨਾਲ? ਉਹ ਕਹਿੰਦਾ ਹੈ ਕਿ ਮੈਨੂੰ ਉਹਨਾਂ ਦੱਸਿਆ ਗਿਆ, ਉਹਨੂੰ ਇਹਨੂੰ ਕੁਛ ਨਹੀਂ ਪਤਾ ਲੱਗਾ ਵੀ ਮੈਨੂੰ ਕੀ ਹੁੰਦਾ ਕਿ ਅਸੀਂ ਜਦੋਂ ਗੱਲ ਮੇਰੀ ਪਿਛਲੇ ਐਤਵਾਰ ਹੋਈ ਹੈ 4 ਵਜੇ, ਅਤੇ ਆਉਂਦਾ ਸੀ ਮੈਂ ਡੈਡੀ ਫੁਲਕਾ ਛਕ ਲੱਗਾ, ਮੈਂ ਬਿਲਕੁਲ ਠੀਕ ਠਾਕ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਅਤੇ ਮੈਂ 9 ਵਜੇ ਤੁਹਾਡੇ ਨਾਲ ਗੱਲ ਕਰੂੰਗਾ। ਅਤੇ ਜਦੋਂ 9 ਵਜੇ ਆ ਤਾਂ ਉਹਨੇ ਮੈਸੇਜ ਕੀਤਾ ਮੈਂ ਕੱਲ੍ਹ ਨੂੰ ਗੱਲ ਕਰੂੰਗਾ। ਅਸੀਂ ਫੋਨ ਲਾਉਣ ਲੱਗੇ ਹਾਂ ਅਤੇ ਉਹਨੇ, ਜਦੋਂ ਸਾਡੀ ਗੁੱਡੀ ਇੱਕ ਇਸ ਤਰ੍ਹਾਂ ਦੀ ਉੱਥੇ ਆ, ਉਹਨੇ ਫੋਨ ਕੀਤਾ ਵੀ ਭੂਆ ਜੀ ਮੈਨੂੰ ਉਹਦੇ ਕਮਰੇ ਵਾਲੇ ਮਾਲਕ ਦਾ ਫੋਨ ਆਇਆ ਵੀ ਅੰਮ੍ਰਿਤਪਾਲ ਜਿਹੜਾ ਨੇ ਉਹ ਥੋੜ੍ਹਾ ਢਿੱਲਾ ਹੋ ਗਿਆ ਹੈ। ਅਤੇ ਅਸੀਂ ਆਖਿਆ ਵੀ ਕੀ ਗੱਲ ਪਤਾ ਕਰੋ, ਉਹ ਉਸੇ ਵੇਲੇ ਘੜੀ ਲੈ ਕੇ ਆਪਣੀ ਚੱਲ ਪਏ ਆ। ਉੱਧਰੋਂ ਮਾਲਕ ਦਾ ਕਮਰੇ ਵਾਲੇ ਦਾ ਸਾਨੂੰ ਫੋਨ, ਮੈਨੂੰ ਆ ਗਿਆ ਵਾ, ਮੈਨੂੰ ਕਹਿੰਦਾ ਭਾਅ ਜੀ ਅੰਮ੍ਰਿਤਪਾਲ ਥੋੜ੍ਹਾ ਢਿੱਲਾ ਆ, ਅਤੇ ਕੋਈ ਘਬਰਾਉਣ ਵਾਲੀ ਬਾਤ ਨਹੀਂ ਹੈ, ਮਾਮੂਲੀ ਢਿੱਲਾ, ਬਾਕੀ ਏਡੀ ਵਾਰੀ ਜ਼ਿਆਦਾ ਗੱਲ ਨਹੀਂ ਗੀ। ਮੈਂ ਹੁਣੇ ਇਹਨੂੰ ਹੋਸਪਿਟਲ ਖੜ੍ਹ ਕੇ ਚੈੱਕਅਪ ਕਰਵਾ ਕੇ ਦਵਾਈ ਲਿਆਉਂਦਾ ਹਾਂ, ਅਤੇ ਮੈਂ ਕਿਹਾ ਕੋਈ ਗੱਲ ਨਹੀਂ ਭਾਅ ਜੀ ਤੁਸੀਂ ਲਿਆਓ, ਅਤੇ ਬੱਚੇ ਦਾ ਵੀ ਬਾਅਦ ਹੋ ਜਾਂਦਾ, ਜਿਹੜੀ ਮੈਨੂੰ ਜ਼ਿਆਦਾ ਕੋਈ ਪ੍ਰੋਬਲਮ ਨਹੀਂ, ਠੀਕ ਆ ਮੈਂ, ਅਤੇ ਕੋਈ ਨਹੀਂ ਦਵਾਈ ਲਿਆ ਕੇ ਤੁਹਾਡੇ ਨਾਲ ਗੱਲ ਕਰਦਾ। ਉੱਥੇ ਉਹਨਾਂ ਨੇ ਉਹਨਾਂ ਐਡਮਿਟ ਕਰ ਲਿਆ, ਉੱਥੇ ਦਵਾਈ ਦਵੂਈ ਦਿੱਤੀ ਆ, ਬਾਅਦ ਵਿੱਚ ਉਹਨਾਂ ਪ੍ਰਾਹੁਣਿਆਂ ਨੇ ਜਦੋਂ ਜਾ ਕੇ ਉੱਥੇ ਗੱਲਬਾਤ ਕੀਤੀ ਡਾਕਟਰਾਂ ਨਾਲ, ਉਹਨਾਂ ਆਖਿਆ ਵੀ ਕੋਈ ਵੀ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ, ਇਹਨੂੰ ਮਾੜਾ ਜਿਹਾ ਨਮੂਨੀਆ ਕਿਤੇ ਹੋਇਆ ਵਾ ਅਤੇ ਥੋੜ੍ਹੀ ਜਿਹੀ ਇਨਫੈਕਸ਼ਨ ਆ, ਅਤੇ ਇਹ ਬਸ ਠੀਕ ਹੋ ਜਾਣੀ, 2-4 ਦਿਨਾਂ 'ਚ ਹੋ ਜੂਗੀ, ਤਾਂ ਇਹਨੂੰ ਛੁੱਟੀ ਦੇ ਦਾਂਗੇ। ਪਰ ਉਹ ਠੀਕ ਨਹੀਂ ਹੋਈ, ਅੱਜ ਫੋਨ ਆ ਗਿਆ ਵੀ ਹੋ ਗਈ ਡੈਥ। ਕਿੰਨੇ ਕੁ ਵਜੇ ਤੁਹਾਨੂੰ ਫੋਨ ਆਇਆ? ਸਾਨੂੰ 12 ਵਜੇ ਫੋਨ ਆਇਆ। ਕਿਹਦਾ ਫੋਨ ਆਇਆ? ਸਾਨੂੰ ਆਪਣੇ ਆਪਣੇ ਸਾਡੇ ਰਿਸ਼ਤੇਦਾਰ, ਸਾਡਾ ਪ੍ਰਾਹੁਣਾ ਉੱਥੇ, ਉਹਦਾ ਫੋਨ ਆਇਆ। ਕੋਈ ਸੁਪਨਾ ਯਾਦ ਹੁੰਦਾ ਵੀ ਗੱਲ ਕੀ ਹੈ, ਮੈਂ ਆਹ ਪੂਰੀ ਕਰਨੀ ਹੈ ਘਰ 'ਚ ਆ ਕੇ, ਜਾਂ ਜਿੱਦਾਂ ਭਾਅ ਜੀ ਬੱਚੇ, ਭਾਅ ਜੀ ਬੱਚੇ ਤਾਂ ਅਸੀਂ ਪੈਲੀ ਵੀ ਛੱਡਾਵਾਂਗੇ, ਤੁਹਾਨੂੰ ਸੁੱਖ ਦੇ ਦੇਵਾਂਗੇ, ਤੁਸੀਂ ਕੰਮ ਨਾ ਕਰਿਓ, ਤੁਹਾਨੂੰ ਗੱਡੀਆਂ ਤਾਂ ਖਵਾਵਾਂਗੇ, ਤਾਂ ਅਸੀਂ ਕਰ ਚੁੱਕੇ ਹੈਗੇ। ਬਹੁਤ ਔਖਾ ਜੀ ਬੱਚੇ, ਨਾ ਉਹ ਜੀਂਦਿਆਂ 'ਚ ਤਾਂ ਨਾ ਮਰਿਆ 'ਚ, ਕਿਸੇ ਜੋਗੇ ਨਹੀਂ ਰਹਿੰਦੇ। ਅਸੀਂ ਤਾਂ ਆਪਣੇ ਬੱਚੇ ਨੂੰ ਜੇ ਕਿਸੇ ਭੇਜਣਾ ਸਮਝ ਸੋਚ ਕੇ ਭੇਜੇ, ਉੱਥੇ ਇਲਾਜ ਨਹੀਂ ਜੀ ਹੈਗਾ। ਉਹ ਆਪਣਾ ਸੋਚ ਸਮਝੋ, ਅਤੇ ਫਿਰ ਬੱਚੇ ਨੂੰ ਕਹਿੰਦੇ, ਬੱਚੇ ਵੀ ਜਿੱਦ ਕਰਦੇ ਆ, ਅਤੇ ਮਾਪੇ ਜਿਹੜੇ ਮਜਬੂਰ ਹੁੰਦੇ ਆ, ਤਾਂ ਉਹਨਾਂ ਨੂੰ ਭੇਜਣਾ ਪੈਂਦਾ। ਅਤੇ ਹੁਣ ਜਿਹੜੀ ਆਹ ਸਥਿਤੀ ਬਣ ਗਈ, ਇਹਦੇ ਵਿੱਚ ਅਸੀਂ ਹੁਣ ਕਿਸੇ ਜੋਗੇ ਵੀ ਨਹੀਂ। ਅਤੇ ਤਾਂ ਹੁਣ ਭੈਣ ਭਰਾਵਾਂ ਗੜੀ ਹੱਥ ਜੋੜ ਕੇ ਬੇਨਤੀ, ਸਾਰੇ ਚਲੋ ਇੱਕ ਦੂਜੇ ਦਾ ਸਾਥ ਜਿੱਤਣ ਵਾਲੇ, ਹੁਣ ਇੱਦਾਂ ਦੇ ਆਸਰੇ ਨਾਲ ਇੱਕ ਦੂਜੇ ਜੀਣ ਵਾਲੀ ਗੱਲ ਹੁੰਦੀ। ਬੀਟੇ ਦਾ ਨਾਂ ਜੀ ਅੰਮ੍ਰਿਤਪਾਲ ਸਿੰਘ ਜੀ, ਅਤੇ 8 ਮਹੀਨੇ ਪਹਿਲਾਂ ਗਿਆ ਸੀ ਸਟੱਡੀ ਬੇਸ 'ਤੇ, ਗਿਆ ਸੀ ਇੰਗਲੈਂਡ, ਅਤੇ ਹਫ਼ਤਾ ਕੁ ਪਹਿਲਾਂ ਹੀ ਬਿਮਾਰ ਹੋ ਗਿਆ ਜ਼ਿਆਦਾ ਜੀ, ਅਤੇ ਉਹਨੂੰ ਦਾਖਲ ਕਰਾਇਆ ਸੀ ਉੱਥੇ, ਆਪਣੀ ਉਹਦੇ ਮਾਮੇ ਦੇ ਸਿਸਟਰ ਸੀ, ਉਹਨਾਂ ਨੇ ਦਾਖਲ ਦੁਖ ਕਰਾਇਆ ਉੱਥੇ, ਕਮਰੇ ਵਾਲਿਆਂ ਨੇ ਵੀ ਹੈਲਪ ਕੀਤੀ ਆ। ਉਹ ਤੋਂ ਬਾਅਦ ਅੱਜ ਸਾਨੂੰ ਦੁਪਹਿਰੇ ਜੀ ਪਤਾ ਲੱਗਾ 11-12 ਵਜੇ ਵੀ ਡੈਥ ਹੋ ਗਈ ਆ। ਕਿਸ ਤਰੀਕੇ ਨਾਲ? ਕੀ ਗੱਲ? ਇਹ ਉਹ ਨਮੂਨੀਆ ਹੋ ਗਿਆ ਜੀ, ਨਮੂਨੀਆ ਹੀ ਜ਼ਿਆਦਾ, ਅਤੇ ਬੱਚਿਆਂ ਦੇ ਪ੍ਰੈਸ਼ਰ ਹੀ ਜ਼ਿਆਦਾ ਇੰਨਾ ਹੋ ਗਿਆ ਕਿ ਕੰਮ ਮਿਲਦੇ ਨਹੀਂ ਗੇ, ਅਤੇ ਪ੍ਰੈਸ਼ਰ ਜ਼ਿਆਦਾ ਹੋ ਗਿਆ ਬੱਚਿਆਂ ਨੂੰ। ਅਸੀਂ ਵੇਖੋ ਵੇਖੀ ਭੇਜੀ ਜਾਣ ਡੇ ਬਾਹਰ, ਪਰ ਮੁਸ਼ਕਲ ਲਾ ਦਿਆ 12 ਦੇ ਵੀ। ਕਿੰਨਾ ਚਿਰ ਪਹਿਲਾਂ ਗਿਆ ਸੀ? 8 ਮਹੀਨੇ ਪਹਿਲਾਂ ਗਿਆ ਜੀ ਬਾਹਰ, ਸਟੱਡੀ ਬੇਸ 'ਤੇ ਗਿਆ ਜੀ। ਘਰ ਦੇ ਹਾਲਾਤ ਤਾਂ ਪੈਲੀ ਹੈਗੀ ਸੀ, 2-2.5 ਕਿੱਲੇ, ਉਹ ਵੀ ਉਹਨਾਂ ਨੇ ਗਹਿਣੇ ਕਰਕੇ ਫੇਰ ਹੀ ਭੇਜਿਆ ਸੀ। ਅਤੇ ਬ੍ਰਦਰ ਮੇਰੇ ਉਹਨੇ ਅੰਗਰੇਜ਼ ਸਿੰਘ ਜੀ ਵੱਡੇ, ਉਹਨਾਂ ਫਾਦਰ ਜੀ, ਤਾਂ ਉਹਨਾਂ ਨੇ ਪੈਲੀ ਗਹਿਣੇ ਭੇਜ ਕੇ ਪਾ ਕੇ ਫੇਰ ਹੀ ਭੇਜਿਆ, ਕਰਜ਼ਾ ਲੈ ਕੇ ਸਾਰਾ ਚੁੱਕ ਕੇ ਭੇਜਿਆ। ਅਤੇ ਹੁਣ ਤਾਂ ਵਿਚਾਰੇ ਦੀ ਮਾੜੀ ਹਾਲਤ ਹੀ ਆ ਬੇਟਾ ਵੀ। ਹੈਂ? ਭੈਣ ਇੱਕ, ਭੈਣਿਆਂ 'ਤੇ ਇੱਕ ਇਹੋ ਹੀ ਭਰਾ ਸੀ, ਇਕੱਲਾ ਹੀ ਬਸ, ਦੋਵੇਂ ਭੈਣ ਵੀ ਵਿਆਹੁਣ ਵਾਲੀ ਆ, ਅਤੇ ਹੁਣ ਬੜਾ ਮੁਸ਼ਕਲ ਆ ਗੁਜ਼ਾਰਾ ਕਰਦਾ, ਇਹੋ ਹੀ ਕਰਦਾ ਸੀ ਪਹਿਲਾਂ, ਗੁਜ਼ਾਰਾ ਬੜਾ ਮੁਸ਼ਕਲ ਚੱਲਣ ਡਿਆ ਸੀ। ਕਿ ਉਹ 8 ਦਿਨ ਪਹਿਲਾਂ ਹੀ ਹੋਈ ਗੱਲ, ਅਤੇ ਕਹਿੰਦਾ ਸੀ ਵੀ ਕੋਈ ਨਹੀਂ ਮੈਂ ਥੋੜ੍ਹੇ ਸਵੇਰੇ ਗੱਲ ਕਰੂੰਗਾ, ਮੈਂ ਠੀਕ ਨਹੀਂ ਗਿਆ ਅਤੇ ਥੋੜ੍ਹੇ ਮੈਂ ਸੁਬਹਾ ਗੱਲ ਕਰੂੰਗਾ। ਅਤੇ ਮੁੜ ਕੇ ਫਿਰ ਉਹਨਾਂ ਨੇ ਜਿਹੜੀ ਮਾਮੇ ਦੀ ਸਿਸਟਰ ਸੀ, ਉਹਨਾਂ ਦੇ ਉੱਥੋਂ ਫੋਨ ਆ ਗਿਆ ਵੀ ਠੀਕ ਨਹੀਂ ਗਿਆ, ਅਸੀਂ ਦਾਖਲ ਕਰਾਉਣ ਲੱਗੇ ਹਾਂ। ਅਤੇ ਰਾਤ ਹੋਈ ਮਾੜੀ ਵੀਡੀਓ ਕਾਲ 'ਤੇ ਉਹਨਾਂ ਨੇ ਦਿਖਾਇਆ ਵੀ ਠੀਕ ਹੈ ਪਹਿਲਾਂ ਨੂੰ, ਪਰ ਸਵੇਰੇ 11-12 ਵਜੇ ਪਤਾ ਲੱਗਾ ਵੀ ਡੈਥ ਹੋ ਗਈ ਹੈ। ਅਸੀਂ ਮੰਗ ਕਰਦੇ ਹਾਂ ਵੀ ਸਰਕਾਰ ਤੋਂ ਵੀ ਡੈੱਡ ਬੋਡੀ ਵਾਪਸ ਲਿਆਂਦੀ ਜਾਵੇ, ਅਤੇ ਪਰਿਵਾਰ ਦੇ ਨਾਲ ਜੋ ਵੀ ਇਨਸਾਫ ਹੁੰਦਾ ਕੀਤਾ ਜਾਵੇ, ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਬਹੁਤ ਹੀ ਗਰੀਬ ਪਰਿਵਾਰ ਆ,
ਅਤੇ ਬਾਈ ਸਿਰ 'ਤੇ ਹੀ ਸ਼ੁਰੂ ਤੋਂ ਹੀ ਸਭ ਮਾਲ ਡੰਗਰ ਵੇਚ ਕੇ ਉਹਨੇ ਆਪਣਾ ਘਰ ਦਾ ਸਾਰਾ ਕੁਝ ਵੇਚ ਕੇ ਅਤੇ ਬੇਟੇ ਨੂੰ ਭੇਜਿਆ ਸੀ ਬਾਹਰ, ਵੀ ਚੰਗੇ ਭਵਿੱਖ ਵਾਸਤੇ ਭੇਜੀਦਾ ਅਸੀਂ ਤਾਂ ਬੱਚਿਆਂ ਨੂੰ ਆਉਂਦੇ ਹਾਂ ਵੀ ਚੰਗਾ ਕੋਈ ਨਾ ਕੋਈ ਇਹ ਸੌਰ ਜਾਵੇ, ਸਾਡੀ ਜ਼ਿੰਦਗੀ ਸੌਖੀ ਹੋ ਜਾਵੇ, ਬੱਚਿਆਂ ਦੀ ਜ਼ਿੰਦਗੀ ਸੌਖੀ ਹੋ ਜਾਵੇ। ਪਰ ਇਹ ਥੋੜ੍ਹਾ ਪਤਾ ਵੀ ਪੈਲੀ ਵੀ ਜਾਂਦੀ ਰਹਿਣੀ, ਬੱਚਾ ਵੀ ਜਾਂਦਾ ਰਹਿਣਾ ਅਤੇ ਘਰ ਵੀ ਸਾਰਾ, ਗਾਈਆਂ ਮੱਝਾਂ ਵੀ ਵੇਚਤੀਆਂ ਤਾਂ ਉਹ ਵੀ ਕੱਖ ਜਾਂਦਾ ਰਹਿਣਾ ਸਭ ਕੁਛ ਹੀ। ਅੰਮ੍ਰਿਤਸਰ ਤੋਂ ਰਾਜੇਸ਼ ਕੁਮਾਰ ਸੰਧੂ ਦੀ ਰਿਪੋਰਟ, ਔਨ ਏਅਰ।